ਉਹ ਗਾਣਾ ਇੱਕ ਨਾਮ ਲਾਉਂਦੇ ਆ ਉਹ ਗੋਲ ਚੱਕਰ ਜਿਹਾ ਬਣਾ ਕੇ ਨੱਚਦੇ ਆ ਪਾਸੇ ਹੋ ਜਾ ਸੋਹਣੀ ਹੈ ਸਾਡੀ ਰੇਲ ਗੱਡੀ ਆਈ ਉਸ ਵੇਲੇ ਮੇਰਾ ਫੱਫੜ ਮਾ ਟੱਪ ਗਿਆ ਪਿਆ ਮੰਜੇ ਤੇ ਉਹਨੂੰ ਕੋਈ ਪਤਾ ਨਹੀਂ ਰੇਲ ਗੱਡੀ ਲੰਘੀ ਜਾਂਦੀ ਹੈ ਕਦੇ ਭੂਆ ਕਹਿੰਦੇ ਪਿਆ ਰਾਣੀ ਜਾਨੀ ਕੁਛ ਨਹੀਂ ਹੁੰਦਾ ਛੇੜੋ ਨਾ ਚਲੋ ਜੀ 11 ਵਜੇ ਸੌਂ ਕੇ ਗਿਆ ਸਾਡੇ ਘਰ ਕੱਲ੍ਹ ਬਰਾਤ ਆਊਗੀ ਤਿਆਰੀ ਕਰਨੀ ਹੈ ਡੇਢ ਵਜੇ ਫੱਫੜ ਉੱਠਿਆ नाले जुड़ी भी रेल गड्डी आवे कर कला इंजन ही इस बार अपने बच्चों दी अखां देख के जायो भगत सिंह होर दी फोटो देख के जायो वीरो ये सत्ता के नशे च ने ये हंकार गए सिकंदर मलूके ने की किया जिस दिन नरेंद्र मोदी आए सिरे एक पुलिस मुलाजम पंजाब पुलिस के मुलाजम भैन की गाल कटी वो भी कह रहे थे कुछ भी नहीं कह रहे थे वो कहते सी सर प्रोटोकॉल है ਇੱਥੇ ਗੱਡੀ ਖੜੂਗੀ ਮੰਤਰੀ ਦੀ ਬਸ ਆਹ ਬਾਕੀ ਮੰਤਰੀ ਨੇ ਖੜੀ ਨਹੀਂ ਤੁਸੀਂ ਰਾਣਾ ਨਹੀਂ ਉੱਤਰ ਕੇ ਆਇਆ ਕਹਿੰਦਾ ਮੈਂ ਤੈਨੂੰ ਕੱਪੜ ਮਾਰੂੰਗਾ ਵੀਡੀਓ ਪਈ ਹੈ ਕਹਿੰਦਾ ਮੈਂ ਕੱਪੜ ਮਾਰੂੰਗਾ ਕਾਲ ਕੱਢੀ ਉਸ ਮੁੰਡੇ ਨੂੰ ਵੀਰੋ ਇਹ ਪੁਲਿਸ ਵਾਲੇ ਨੇ ਸਾਡੀ ਧੀਆਂ ਪੁੱਤ ਨੇ ਸਾਡੇ ਚਾਚੇ ਭਤੀਜੇ ਨੇ ਯਾਰ ਇੱਜ਼ਤ ਦਿਓ ਕਿਉਂ ਕੀ ਕਰ ਰਹੇ ਨੇ ਬਲੂਕਾ ਸਾਹਿਬ ਜਿਸ ਵੇਲੇ ਤੁਸੀਂ ਹੀਟਰ ਲਾ ਕੇ ਮੱਕ ਨੂੰ ਲਿਜਾਈ ਪਏ ਹੁੰਦੇ ਹੋ ਪੁਲਿਸ ਵਾਲੇ ਤੁਹਾਡੇ ਘਰ ਦੇ ਮੂਹਰੇ ਤੰਬੂ ਲਾ ਕੇ ਕੜਾਕੇ ਦੀ ਥਾਂ 'ਚ ਆਪਣੀ ਹਿੱਕ ਡਾਈ ਬੈਠੇ ਹੁੰਦੇ ਜਿਹੜੀ ਗੋਲੀ ਲੰਘੀ ਤਾਂ ਸਾਡੇ ਕੋਲ ਤੁਸੀਂ ਗਾਲਾਂ ਕੱਢਦੇ ਰਿਸਪੈਕਟ ਕਰੋਗੇ ਤਾਂ ਰਿਸਪੈਕਟ ਮਿਲੂਗੀ ਪ੍ਰੋਟੋਕਾਲ ਹੈ ਮੈਂ ਐਮਪੀ ਹਾਂ ਮੈਨੂੰ ਵੀ ਸਲੂਟ ਕਰਦੇ ਆ ਪੁਲਿਸ ਵਾਲੇ 2.5 ਸਾਲ ਹੋ ਗਏ ਐਮਪੀ ਬਣੇ ਇੱਕ ਸਿੰਗਲ ਸਲੂਟ ਵੀ ਇਹੋ ਜਿਹਾ ਨਹੀਂ ਜੇ ਮੈਂ ਜਵਾਬ ਨਾ ਤਾਂ ਮੈਂ ਵੀ ਵਾਪਸ ਸਲੂਟ ਕਰਦਾ ਥੈਂਕ ਯੂ ਵੈਰੀ ਮੱਚ ਇਹਦੇ ਨਾਲ ਇਹਨਾਂ ਦਾ ਮਾਣ ਵੱਧਦਾ ਵੀ ਪੁਲਿਸ ਰਿਫੋਰਮ ਨੂੰ ਕੀ ਆਵਾਂਗੇ ਪੁਲਿਸ ਵਾਲਿਆਂ ਦੀ ਡਿਊਟੀ ਵੀ 8-10 ਘੰਟੇ ਕਰਾਂਗੇ ਜੇ ਵੱਧ ਡਿਊਟੀ ਕਰਨੀ ਪਏ ਐਮਰਜੈਂਸੀ ਤਾਂ ਬਾਹਰਲੇ ਮੁਲਕ ਦੀ ਪੁਲਿਸ ਵਾਂਗੂ ਵੱਧ ਪੈਸੇ ਦਿਓ ਉਹਨਾਂ ਨੂੰ ਉਹ ਸੋਸ਼ਲ ਕਰਾਂਗੇ ਹਫਤੇ ਦੀ ਇੱਕ ਛੁੱਟੀ ਬੱਚੇ ਦੇ ਬਰਥਡੇ ਤੇ ਛੁੱਟੀ ਮੈਰਿਜ ਐਨਵਰਸਰੀ ਤੇ ਛੁੱਟੀ ਚੋਰੀ ਉਹ ਬੰਦੇ ਮਿਲਦੇ ਹੋਣੇ ਇੱਕ ਦੂਜੇ ਨਾਲ ਡਿਊਟੀ ਬਦਲਾ ਕੇ ਜਾਣਾ ਪੈਂਦਾ ਬਠਿੰਡਾ ਪੁਲਿਸ ਤਾਂ ਬਹੁਤ ਜ਼ਿਆਦਾ ਦੁਖੀ ਹੈ ਤੁਹਾਨੂੰ ਰੋਜ਼ ਫੋਨ ਆਉਂਦੇ ਨੇ ਬਾਈ ਪਚਾ ਲਓ ਛੇਤੀ ਕਰੋ ਛੇਤੀ ਆ ਜਾਓ ਯਾਰ ਉਹ ਬੰਦੇ ਕਹਿੰਦੇ ਮੈਂ ਕੀ ਹੋ ਗਿਆ ਕਹਿੰਦੇ ਤੜਕੀ ਸੜਕ ਤੇ ਖੜਾ ਹੁੰਦੇ ਨੇ ਕਹਿੰਦੇ ਬਾਪੂ ਨੇ ਲੰਘਣਾ ਅਸੀਂ ਕਹਿੰਦੇ ਲੰਘ ਗਿਆ ਕਹਿੰਦੇ ਇੱਥੇ ਖੜੇ ਉਹ ਮੁੰਡੇ ਨੇ ਲੰਘਣਾ ਅਸੀਂ ਕਹਿੰਦੇ ਉਹ ਵੀ ਗਿਆ ਕਹਿੰਦੇ ਪਾਸਾ ਦੂਹ ਚੱਲ ਪਈ ਅਸੀਂ ਕਹਿੰਦੇ ਕਿੰਨੇ ਗਏ ਕਹਿੰਦੇ ਇੱਧਰ ਫੜਾਉਣਾ ਆ ਰਿਹਾ चिड़चिड़े सुभाव हो शोषण नहीं परिवार तोड़ रखे इस करके भी सारे इकट्ठे कामयाब होवे ਉਹ ਕੈਪਟਨ ਅਮਰਿੰਦਰ ਵੀ ਵਿੱਚੀ ਰਲਿਆ ਹੋਇਆ ਉਹ ਕਹਿੰਦਾ ਮੈਂ ਪੰਜਾਬ ਦਾ ਸ਼ੇਰ ਹਾਂ ਪਹਿਲਾ ਸ਼ੇਰ ਹੈ ਪੰਜਾਬ ਦਾ ਜਿਹੜਾ ਦੋ ਜਗ੍ਹਾ ਤੋਂ ਲੜ ਰਿਹਾ ਹੈ ਕਿ ਕਿਹਨੇ ਕਹਿੰਦੇ ਤੁਹਾਨੂੰ ਲੜੇ ਉਹਨੂੰ ਪਤਾ ਹੈ ਪਟਿਆਲੇ ਤੋਂ ਮੈਂ ਕਹਿਣਾ ਲੰਬੀ ਤੋਂ ਮੈਂ ਬਾਦਲ 'ਚ ਦੌੜ ਹੈ ਕਿਹਾ ਮੈਂ ਤੁਹਾਨੂੰ ਪਹਿਲਾਂ ਪਹਿਲਾਂ ਦੱਸਦਾ ਸੀ ਲੰਬੀ ਤੋਂ ਖੜਾ ਹੋਊਗਾ ਇੰਟੈਲੀਜੈਂਸ ਨੇ ਮੈਨੂੰ ਦੱਸਤਾ ਸੀ ਲਾਰ ਕੁਛ ਤੋ ਵੀਰੋ ਇਹਨਾਂ ਦਾ ਕੋਈ ਜੰਡਾ ਨਹੀਂ ਰੁਕਦਾ ਜੰਡਾ ਬਸ ਹੋਰ ਕੋਈ ਜੰਡਾ ਨਹੀਂ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਆਮ ਆਦਮੀ ਪਾਰਟੀ ਕਿੰਨੀ ਸੀ ਕਿ ਜਿੱਤੂਗੀ ਮੈਂ ਕਿਹਾ ਢੇਰੀ ਜੋ ਪਹਿਲਾਂ ਕਿਵੇਂ ਦੱਸਦੀ ਕਿਹੜੇ ਕਿਹੜੇ ਦਰਖਤ ਕਿਹੜੇ ਮੇਰੀ ਤਾਂ ਲੈ ਲੋ ਹੁਣ ਚਾਰ ਤਰੀਕ ਨੂੰ ਢੇਰੀ ਆ ਰਹੀ ਆ ਉਸ ਨੇ ਰਿਚ ਮੈਨੂੰ ਇੰਨਾ ਪਤਾ ਵੱਡੇ ਵੱਡੇ ਬੋਲ ਮੰਨੀਆਂ ਪਰ ਮੰਨੀਆਂ ਟਾਲੀਆਂ ਉਹਨਾਂ ਦੇ ਭਾਈ ਉਹਨਾਂ ਦੇ ਜਵਾਈ ਕਹਿੰਦੇ ਕਹੁੰਦੇ ਪੇਪਰ ਇਹ ਡਿੱਗਣਗੇ ਮੋਹਨ ਸਿੰਘ ਸਮੀਆਂ ਵਾਲੇ ਵਰਗੇ ਛੋਟੇ ਛੋਟੇ ਗੇਂਦਿਆਂ ਦੇ ਬੂਟੇ ਇਸ ਵਾਰ ਮਾਈਕਲ ਦੇ ਤੋਂ ਤਾਲੀਆਂ ਦਾ ਸਵਾਗਤ ਕਰਦੇ ਹਾਂ ਤੋ ਵੀਰੋ ਆਮ ਘਰਾਂ ਛੁੱਟੀਆਂ ਪੁੱਤ ਲਿਆਂਦੇ ਨੇ ਕੱਢ ਕੇ ਗਰੀਬਾਂ ਚੋਂ ਚਪੜਾਸੀ ਦਾ ਮੁੰਡਾ ਜਿਹਨੇ 10ਵੀਂ ਕਲਾਸ ਤੱਕ ਕਾਨਿਆਂ ਦੀ ਛੱਤ ਥੱਲੇ ਬਚਪਨ ਬਤਾਇਆ ਗੁਰਪ੍ਰੀਤ ਲਾਪਰਾ ਪਾਇਆ ਨੇ ਦਰਦ ਹਰ ਕੇ ਤੋਂ ਲੜ ਰਿਹਾ ਹੈ ਟੈਕਸੀ ਡਰਾਈਵਰ ਦੋਨੋਂ ਲਓ ਜੀ ਆਹ ਮੇਰੀ ਪਾਰਟੀ ਜਿੰਦਾਬਾਦ
से ਰੋਪੜ ਤੋਂ ਲੜ ਰਿਹਾ ਹੈ, ਦੇ ਮਾਂ ਨਾਭੇ ਤੋਂ ਲੜ ਰਿਹਾ ਹੈ, ਜਿਹਦਾ ਬਾਪ ਅੱਜ ਵੀ ਸਨੌਰ ਦੇ ਬੱਸ ਅੱਡੇ ਤੇ ਪੈਨਸ਼ਨ ਦੀ ਦੁਕਾਨ ਕਰਦਾ ਹੈ। ਵੀਰੋ ਚੌਕੀਦਾਰ, ਚੌਕੀਦਾਰ ਦਾ ਬੇਟਾ ਸਰੂਪ ਸਿੰਘ ਕਲੌਰ ਰਿਜ਼ਰਵ ਤੋਂ ਲੜ ਰਿਹਾ ਹੈ। ਸੰਤੋਖ ਸਿੰਘ ਸਲਾਣਾ ਪੱਛੀ ਪਠਾਣਾ ਰਿਜ਼ਰਵ ਤੋਂ ਲੜ ਰਿਹਾ ਹੈ, ਜਿਹਦੇ ਕੋਲ 20 ਗਜ਼ ਦਾ ਘਰ ਹੈ ਤੇ 2002 ਮਾਡਲ ਦਾ ਮੋਟਰਸਾਈਕਲ ਹੈ। ਬਸ 27 ਸਾਲ ਦੀ ਕੁੜੀ LLM ਕਰਕੇ PhD ਕਰ ਰਹੀ ਸੀ, ਪੜ੍ਹ ਰਹੀ ਸੀ ਅਜੇ। 27 ਸਾਲ ਦੀ ਕੁੜੀ ਉਪਿੰਦਰ ਰੂਪੀ ਬਠਿੰਡਾ ਦੇ ਹੱਥੀ ਰਿਜ਼ਰਵ ਹਲਕੇ ਤੋਂ ਲੜ ਰਹੀ ਹੈ। 25 ਸਾਲ ਦਾ ਸਮਰਵੀਰ ਫਾਜ਼ਿਲਕਾ ਤੋਂ ਲੜ ਰਿਹਾ ਹੈ। ਬੇਰਜ਼ਗਾਰ ਲੈਣ ਦੇ ਦੁਨੀਆ ਦਾ ਲੀਡਰ, ਜਿਹਦੇ ਸਿਰ 'ਚ 7 ਟਾਂਕੇ ਲੱਗੇ ਹੋਏ ਨੇ, ਕੁੱਕਾ ਖਾਦੀ ਹੋਈਆਂ ਧਰਨੇ ਦਿੰਦੇ ਨੇ, ਉਹ ਭਦੌੜ ਰਿਜ਼ਰਵ ਹਲਕੇ ਤੋਂ ਲੜ ਰਿਹਾ ਹੈ। 10-15 ਬੱਕਰੀਆਂ ਦਾ ਮਾਲਕ ਕੁਲਵੰਤ ਪੰਡੋਰੀ ਮਹਿਲ ਕਲਾ ਹਲਕੇ ਤੋਂ ਲੜ ਰਿਹਾ ਹੈ। ਆਮ ਘਰਾਂ 'ਚ ਲਿਆਂਦੇ ਘਰ ਕੱਢ ਕੇ ਇਹਨਾਂ ਦੇ ਆਪਦੇ ਮੁੰਡੇ, ਬਾਦਲ ਦਾ ਮੁੰਡਾ ਸੁਨੀਲ ਬਾਦਲ, ਸੁਦੇਸ਼ ਸਿੰਘ ਢੀਂਡਸਾ ਉਹਦਾ ਮੁੰਡਾ, ਚੰਦੂ ਮਾਲਾ ਉਹਦਾ ਮੁੰਡਾ, ਭੂੰਦੜ ਉਹਦਾ ਮੁੰਡਾ, ਮਲੂਕਾ ਉਹਦਾ ਮੁੰਡਾ, ਸਰਜੀ ਢਿੱਲੋਂ ਉਹਦਾ ਮੁੰਡਾ, ਸੁੱਚਾ ਸਿੰਘ ਲਗਾ ਉਹਦਾ ਮੁੰਡਾ, ਜਗਜੀਤ ਕੌਰ ਦਾ ਜਵਾਈ ਆਪਣਾ ਤੋਤਾ ਸਿੰਘ ਉਹਦਾ ਮੁੰਡਾ, ਬ੍ਰਹਮਪੁਰਾ ਉਹਦਾ ਮੁੰਡਾ, ਚਰਨਜੀਤ ਧਵਾਲ ਉਹਦਾ ਮੁੰਡਾ, ਨਿਰਮਲ ਕੰਨ ਉਹਦਾ ਮੁੰਡਾ। ਭਾਵੇਂ ਇੱਧਰ ਉੱਧਰੋਂ ਬੋਲ ਲੈਣੇ ਪੈਣ ਪਰ ਜੋੜੀਆਂ ਜ਼ਰੂਰ ਬਣਾਉਂਦੇ ਕਿਉਂ ਪੁੱਤੇ ਜੋੜੀਆਂ ਬਣਾਉਂਦੇ। ਅੱਛਾ, ਜਿੱਥੇ ਕੋਈ ਲੈਟੀ ਹੁੰਦੀ ਹੈ ਉੱਥੇ ਤਾਰੀ ਕਰ ਲੈਣੇ, ਰਸਤੇ 'ਚ ਆਉਂਦੇ ਝੰਡੇ ਲਾ ਲੈਣੇ ਨੇ, ਅੱਜ ਵੀ ਲਾ ਕੇ ਆਉਣਾ ਜੋੜੇ ਲਾ ਗਏ। ਹਾਂ ਹਾਂ, ਕਹਿੰਦੇ ਵੀ ਫਰਜ਼ ਮੰਨ ਲਿਖੋ ਝੰਡੇ ਲਾ ਦਿਓ, ਇਹਨਾਂ ਝੰਡਿਆਂ ਨਾਲ ਆਪਣੇ ਬੱਚਿਆਂ ਦੇ ਕੱਠੇ ਬਣਾਓ, ਪੋਚੇ ਬਣਾਓ, ਪੋਚੇ ਪੋਚਾ ਕਾਰੀਗਰ ਦਾ ਝਾਂਗਾ ਮਾਰਨ ਪਾ ਦੇਗਾ ਚਲੋ ਸਫਲ ਹੋ।